ਅਬੇ ਪੱਟੀ, ਤੂੰ ਮੈਨੂੰ ਲੈ ਕੇ ਆਇਆ ਨਕਲੀ ਡਾਕਟਰ ਬਣਾ ਕੇ। ਮੈਨੂੰ ਦੱਸ ਤਾਂ ਸਹੀ, ਮੈਂ ਕਰਨਾ ਕੀ ਆ? ਤੂੰ ਸਕੂਲ ਲੈ ਕੇ ਆਇਆ ਯਾਰ। ਤੈਨੂੰ ਕਿਹੜਾ ਕੋਈ ਇੱਥੇ ਮਾਸਟਰ ਦਾ ਆਪਰੇਸ਼ਨ ਕਰਨਾ? ਬਸ ਇਹੀ ਦੱਸਣਾ ਕਿ ਮੈਂ 5 ਦਿਨਾਂ ਤੋਂ ਬਿਮਾਰ ਸੀਗਾ। ਤੇ ਆਇਆ ਨਾ ਤੁਸੀਂ, ਮੈਂ ਤੇਰਾ ਰਿਸ਼ਤੇਦਾਰ ਹਾਂ। ਤੂੰ ਆਇਆ ਦੱਸੀ, ਮੈਂ ਨਾ ਤਾਂ ਮੁੰਡੇ ਦਾ ਫੈਮਿਲੀ ਡਾਕਟਰ ਆਇਆ। ਬਸ ਯਾਰ ਆਈ ਬਚਾਉਣਾ, ਮਾਸਟਰ ਨੇ ਕਾਲ ਕਰ ਦੇਣਾ, ਫਿਰ ਬੜੀ ਕੁੱਟ ਪੈਣੀ ਆ ਯਾਰ। ਮਾਸਟਰ ਵੀ ਆ ਗਈ, ਆਪਾਂ ਜਾ ਕੇ ਦੱਸੀਏ। ਤੂੰ ਕੋਈ ਬੇਫੈਮਿਲੀ ਡਰਾਮਾ ਨਾ ਕਰੀ, ਬਸ ਇਹੀ ਕਹੀ ਹੈਲੋ ਮੈਡਮ ਜੀ ਇਹ ਵੋ, ਠੀਕ ਹੈ ਨਾ? ਹਾਂ ਇਹ ਪੜਾਵਾ, ਤੈਨੂੰ ਤਾਂ ਖਾਣ ਦੀ ਲੱਗਦੀ ਆ। ਚੱਲ ਚੱਲ, ਤਾਂ ਤੇਰੇ ਕੰਮ ਤਾਂ ਕਰਦੇ। ਹੈਲੋ ਮੈਡਮ, ਆਓ ਆਈ। ਹੈਲੋ ਮੈਡਮ, ਹੈਲੋ ਮੈਡਮ। ਰੁਕ ਜਾ ਪੜਾ, ਮਰੇ ਤੇਰੇ ਮੂੰਹ ਤੇ ਮਰਾ ਥੱਪ, ਰੁਕ ਜਾ। ਹੇ ਅਮਦ, ਤੂੰ ਤੇ ਇਹ ਕੋਣਾ ਨਾਲ ਲੈ ਕੇ ਆਇਆ? ਤੂੰ ਕਿੱਥੇ ਰਹਿ ਗਿਆ ਸੀ ਇਹਨੇ ਦਿਨ ਦੀ ਆਇਆ? ਬਸ ਮਾਸਟਰ ਨੇ ਜੀ, ਮੈਨੂੰ ਨਾ ਬਿਮਾਰੀ ਹੋ ਗਈ ਸੀ, ਤੇ ਮੈਂ ਨਾ ਬਿਮਾਰ ਸੀਗਾ, ਤੇ ਫਿਰ ਮੈਂ ਨਾ ਹਸਪਤਾਲ ਸੀਗਾ, ਇਸ ਲਈ ਮੈਂ ਨਾ ਬਸ ਫਿਰ ਨਹੀਂ ਆ ਸਕਿਆ। ਮੈਂ ਲੀਵ ਵੀ ਨਹੀਂ ਦੇਖ ਸਕਿਆ, ਤੇ ਮੇਰੇ ਕਾਰਾਂ ਦੇ ਲਾਹੌਰ ਗਏ ਆ, ਤੇ ਇਸ ਲਈ ਮੈਂ ਨਾ ਬਸ ਡਾਕਟਰ ਸਾਹਿਬ ਨੂੰ ਲੈ ਕੇ ਆਇਆ ਕਿ ਇਹਨਾਂ ਨੇ ਮੇਰਾ ਇਲਾਜ ਕੀਤਾ। ਤੁਸੀਂ ਭਾਵੇਂ ਨਾ ਤਾਂ ਪੁੱਛ ਲਓ ਜੀ। ਅਸਲਾਮ ਵਾਲੇਕੁਮ। ਹਾਂਜੀ, ਵਾਲੇਕੁਮ ਅਸਲਾਮ। ਵਾਲੇਕੁਮ ਅਸਲਾਮ। ਮਾਸਟਰ ਨੇ ਸਾਹਿਬਾ, ਇਸੇ ਤੋਂ ਡੈਂਗੀ ਫਲੂ ਹੋ ਗਿਆ ਥਾ, ਇਸ ਲਈ ਨਾ ਯੇ ਇਤਨੇ ਦਿਨ ਨਹੀਂ ਆ ਸਕਾ, ਤੋ ਮੈਂ ਇਸਕੇ ਲੀਏ ਮਾਜ਼ਰਤ ਕਰਨੇ ਆਇਆ ਹੂੰ, ਤੋ ਯੇ ਆਗੇ ਛੁੱਟੀਆਂ ਨਹੀਂ ਕਰੇਗਾ। ਤੋ ਇਸਕਾ ਘਰ ਵਾਲਾ ਕੋ ਇਸਕੀ ਬਿਮਾਰੀ ਕਾ ਨਹੀਂ ਪਤਾ? ਵੋ ਯਹਾਂ ਪਰ ਆਕੇ ਲੀਵ ਦੇ ਦੇਤੇ। ਨਹੀਂ ਜੀ, ਕਹਾਂ ਪਤਾ ਹੈ। ਵੋ ਤੋ ਕੱਲ ਇਸਕੇ ਅੱਬੂ ਕਾ ਫੋਨ ਆਇਆ ਥਾ, ਤੋ ਮੈਨੇ ਉਨਕੋ ਬਤਾਈ, ਵੋ ਵੀ ਥੋੜ੍ਹੀ ਸੀ ਬਾਤ। ਆਪ ਮਲੀਜ਼ ਉਨਕੋ ਮਤ ਬਤਾਈਏਗਾ। ਚਲੋ ਠੀਕ ਹੈ, ਮੈਂ ਫਿਰ ਥੋੜ੍ਹੀ ਦੇਰ ਬਾਅਦ ਬਾਤ ਕਰਤੀ ਹੂੰ। ਅਹਿਮਦ, ਤੂੰ ਮੁਝਸੇ ਬ੍ਰੇਕ ਮੇਂ ਵਕਤ ਮਿਲਨਾ, ਔਰ ਸਰ ਕੋ ਬਿਠਾਓ। ਠੀਕ ਹੈ ਮੈਡਮ, ਬਹੁਤ ਬਹੁਤ ਮਿਹਰਬਾਨੀ। ਤਾਂ ਮੈਂ ਫਿਰ ਮੇਰੇ ਸਮੋਸਿਆਂ ਦੀ ਪਲੇਟ ਪੱਕੀ ਆ ਨਾ, ਦੇਖ ਲੈ। ਹਾਂ ਹਾਂ, ਸਬਰ ਕਰ, ਲੱਗਦਾ ਕੰਮ ਬਣ ਜੂਗਾ। ਵਿਚਾਰੇ ਕੋਲ ਬਸ ਪਲੇਟ ਹਾਂ ਕਰ ਦੇ। ਹੁਣ ਮੇਰੇ ਸਮੋਸਿਆਂ ਦੀ ਪਲੇਟ ਨਾ ਭੁੱਲੀ, ਠੀਕ ਹੈ ਨਾ? ਸਾਰਾ ਕੁਝ ਦੱਸਦਾ ਤੈਨੂੰ ਸਕੂਲ ਦੀ ਛੁੱਟੀਆਂ ਨੇ ਝੂਟਿਆ ਹੁਣ ਵਕਤ ਲੈ ਹੁਣ ਤੇ ਰੱਬ ਹੀ ਆ ਗਿਆ ਹੁਣ ਤਾਂ ਕੁੱਟ ਪੱਕੀ ਆ ਨੇ ਛੱਡਤਾ ਠੀਕ ਹੈ, ਨਹੀਂ ਤਾਂ ਫਿਰ ਅੱਜ ਤੇਰੀ ਮਾਫੀ ਨਹੀਂ। ਤੇ ਸ਼ਖੇ ਤੂੰ ਕਿੱਥੇ ਖੜਾ? ਤੇਰੀ ਤਾਂ ਮੈਂ ਛੱਡਾਂ ਨਹੀਂ ਜਿਹੜਾ ਡਾਕਟਰ ਬਣਦਾ। ਓਏ ਰੁਕ, ਕਿੱਥੇ ਨਸ ਰਿਹਾ? ਤੈਨੂੰ ਤਾਂ ਮੈਂ ਹੁਣ ਪਕੜਦਾ ਨਾ। ਅਰੇ ਮੈਡਮ ਜੀ, ਮੈਨੂੰ ਮਾਫ ਕਰ ਦਿਓ, ਅਗਲੀ ਵਾਰ ਮੈਂ ਸਕੂਲ ਬੰਕ ਨਹੀਂ ਕਰੂੰਗਾ। ਮੈਨੂੰ ਮਾਫ ਕਰ ਦਿਓ, ਮੈਨੂੰ ਮਾਫ ਕਰ ਦਿਓ, ਮੈਂ ਅੱਜ ਦਬਾ ਨਹੀਂ ਕਰਾਂਗਾ। ਲੱਗਦਾ ਚਾਚਾ ਜੀ ਪਿੱਛੇ ਵੇਖ ਰਿਹਾ, ਮੈਂ ਨਸ ਜਾਂਦਾ। ਹੁਣ ਸਹੀ ਹੈ, ਮਾਫੀ ਮੰਗੀ ਆ ਮੈਡਮ ਜੀ, ਤੁਹਾਡਾ ਦਿਲ ਕਰੇ ਮਾਫ ਕਰਿਓ, ਤੇ ਤਾਂ ਮੈਂ ਤਾਂ ਕਿਹਨੂੰ ਛੱਡਾਂਗਾ ਨਹੀਂ। ਉਹ ਭੱਜ ਗਿਆ ਕੋਈ ਨਹੀਂ, ਉਹਦੀ ਵੀ ਮੈਂ ਤਬੀਅਤ ਬਣਾਵਾਂਗਾ। ਠੀਕ ਹੈ, ਮੈਂ ਤੈਨੂੰ ਮਾਫ਼ ਕੀਤਾ, ਅਤੇ ਹੁਣ ਕੱਲ੍ਹ ਤੋਂ ਜਿਹੜੀ ਤੂੰ ਛੁੱਟੀਆਂ ਵਿੱਚ ਪੜਿਆ ਨਾ ਬੁਲਿਆ, ਉਦੋਂ ਮੈਂ ਟਿਊਸ਼ਨ 'ਤੇ ਤੈਨੂੰ ਪੜਾਵਾਂਗੀ, ਅਤੇ ਸਕੂਲ ਵੀ ਤੂੰ ਰੈਗੂਲਰ ਆਉਣਾ। ਇਹ ਯਾਰੀ ਦੋਸਤੀਆਂ ਛੱਡ ਦੇ ਜੇ ਕੋਈ ਤੈਨੂੰ ਬਣਨਾ ਹੈ ਤਾਂ। ਚੱਲ ਹੁਣ ਬੰਦੇ ਦਾ ਪੁੱਤਰ ਬਣ ਤੇ ਖੜਾ ਹੋ। ਥੈਂਕ ਯੂ ਮੈਡਮ, ਤੁਸੀਂ ਬਹੁਤ ਵੱਡਾ ਅਹਿਸਾਨ ਕੀਤਾ ਮੇਰੇ 'ਤੇ। ਮੈਂ ਆਪਣੀ ਗਲਤੀ ਤੱਕ ਬਹੁਤ ਜ਼ਿੰਮੇਦਾਰ ਹਾਂ ਅਤੇ ਸ਼ਰਮਿੰਦਾ ਵੀ ਹਾਂ। ਤੁਹਾਡੀ ਮਿਹਰਬਾਨੀ, ਤੁਸੀਂ ਮੈਨੂੰ ਮਾਫ਼ ਕਰਤਾ, ਮੈਂ ਤੁਹਾਡੀ ਗੱਲ ਮੰਨਾਂਗਾ। ਅਤੇ ਅੱਜ ਮੈਂ ਟਿਊਸ਼ਨ 'ਤੇ ਛੁੱਟੀ ਬਿਲਕੁਲ ਨਹੀਂ ਕਰਾਂਗਾ, ਨਾ ਹੀ ਸਕੂਲ 'ਤੇ ਛੁੱਟੀ ਕਰਾਂਗਾ, ਨਾ ਹੀ ਫੇਲ ਹੋਵਾਂਗਾ।